ਪੰਜ ਤਖਤ ਐਕਸਪ੍ਰੈਸ ਪਹੁੰਚੀ ਬਠਿੰਡਾ। ਕੇਂਦਰ ਸਰਕਾਰ ਵੱਲੋਂ ਪੰਜ ਤਖਤਾਂ ਦੀ ਯਾਤਰਾ ਲਈ 28 ਜਨਵਰੀ ਨੂੰ ਸ਼ੁਰੂ ਕੀਤੀ ਗਈ ਪੰਜ ਤਖਤ ਐਕਸਪ੍ਰੈਸ ਸ਼ਰਧਾਲੂਆਂ ਨੂੰ ਤਖਤ ਸ਼੍ਰੀ ਹਜ਼ੂਰ ਸਾਹਿਬ, ਤਖਤ ਸ਼੍ਰੀ ਪਟਨਾ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਠਿੰਡਾ ਪਹੁੰਚੀ। ਵੱਖ-ਵੱਖ ਸੂਬਿਆਂ ਦੇ ਟ੍ਰੇਨ ਰਾਹੀਂ ਪਹੁੰਚੇ ਤਕਰੀਬਨ 3 ਦਰਜਨ ਸ਼ਰਧਾਲੂਆਂ ਦੇ ਸਵਾਗਤ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਧਾਰਮਿਕ ਸੰਸਥਾ ਦਾ ਨੁਮਾਇੰਦਾ ਨਹੀਂ ਪਹੁੰਚਿਆ। ਬਠਿੰਡਾ ਰੇਲਵੇ ਸਟੇਸ਼ਨ ਤੋਂ ਸ਼ਰਧਾਲੂਆਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਬੱਸ ਰਾਹੀਂ ਰਵਾਨਾ ਕੀਤਾ ਗਿਆ। ਬਠਿੰਡਾ ਤੋਂ ਅਜੀਤ ਵੈਬ ਟੀਵੀ ਲਈ ਨਾਇਬ ਸਿੱਧੂ ਦੀ ਰਿਪੋਰਟ। ਸਾਨੂੰ ਬਹੁਤ ਖੁਸ਼ੀ ਹੋਈ ਆ ਪੰਜਾਂ ਤਖਤ ਜਾਣ ਦੀ। ਅਸੀਂ ਪਹਿਲਾਂ ਗਏ ਹੋਏ ਹਾਂ ਸਾਰਿਆਂ 'ਤੇ, ਪਰ ਹੁਣ ਅਸੀਂ ਇਕੱਠੇ ਗਏ ਹਾਂ ਸੰਗ ਦੇ ਰੂਪ 'ਚ। ਬਹੁਤ ਜੀ ਲੱਗਿਆ, ਪਾਠ ਕਰਿਆ, ਪੂਜਾ ਕਰੀ, ਪਤਾ ਵੀ ਲੱਗਿਆ ਹੈ ਵੀ ਮੈਂ ਪੰਜਾਬ ਦੇ ਹਜ਼ੂਰ ਸਾਹਿਬ, ਪਟਨਾ ਸਾਹਿਬ, ਅਨੰਦਪੁਰ ਸਾਹਿਬ, ਅੰਮ੍ਰਿਤਸਰ, ਹੁਣ ਪੰਜਵੇਂ 'ਤੇ ਜਾ ਰਹੇ ਹਾਂ ਵਾਪਸ ਜੀ। ਅੱਜ ਅਸੀਂ ਤਾਂ ਅੱਜ ਪਹੁੰਚ ਜਾਣਾ, ਇਹਨਾਂ ਨੇ ਕੱਲ੍ਹ ਪਹੁੰਚਣਾ। ਅਸੀਂ ਤਾਂ ਪੰਜਾਬ ਤੋਂ ਸਮਰਾਲੇ ਤੋਂ। ਮੈਂ ਖਾਲਸਾ ਵਾਹਿਗੁਰੂ ਜੀ ਫਤਿਹ ਦੇ। ਮੇਰਾ ਨਾਮ ਅਵਤਾਰ ਸਿੰਘ ਹੈ, ਮੈਂ ਜੰਮੂ ਤੋਂ ਆਇਆ ਆਪਣੀ ਯਾਤਰਾ ਦੇ ਨਾਲ। ਐਕਚੁਅਲੀ ਗੌਰਮੈਂਟ ਆਫ ਇੰਡੀਆ ਨੇ ਇਹ ਯਾਤਰਾ ਅਨਾਊਂਸ ਕੀਤੀ ਸੀ ਪੰਜਾਂ ਤਖਤਾਂ ਦੀ। ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ 'ਤੇ ਇਹ ਐਲਾਨ ਕੀਤਾ ਸੀ ਕਿ ਅਸੀਂ ਪੰਜ ਤਖਤ ਐਕਸਪ੍ਰੈਸ ਟ੍ਰੇਨ ਸਟਾਰਟ ਕਰਾਂਗੇ। ਉਸੇ ਉਪਰਾਲੇ ਨੂੰ ਅੱਗੇ ਵਧਾਉਂਦੇ ਹੋਏ ਗੌਰਮੈਂਟ ਆਫ ਇੰਡੀਆ ਨੇ ਜਦੋਂ ਸਟਾਰਟ ਕੀਤੀ ਯਾਤਰਾ, ਅਤੇ ਪੂਰੀ ਟ੍ਰੇਨ ਤਾਂ ਚਲੋ ਹੋ ਨਹੀਂ ਪਾਈ ਉਸ ਵੇਲੇ, ਸ਼ਾਇਦ ਥੋੜ੍ਹੀ ਪ੍ਰਮੋਸ਼ਨ ਦੀ ਕਮੀ ਰਹੀ ਗੌਰਮੈਂਟ ਦੀ ਤਰਫੋਂ, ਕਮੇਟੀਆਂ ਦੀ ਤਰਫੋਂ। ਅਤੇ ਫਿਰ ਐਂਡ 'ਚ ਜਾ ਕੇ ਇਹਨਾਂ ਨੇ ਇੱਕ ਡੱਬਾ ਪੂਰਾ ਅਰੇਂਜ ਕੀਤਾ ਸੀ IRCTC ਕੰਪਨੀ ਹੈ ਜਿਹੜੀ ਰੇਲਵੇ ਦੀ, ਉਹਦੇ ਨਾਲ ਮਿਲ ਕੇ। ਅਤੇ ਯਾਤਰਾ ਬਹੁਤ ਅੱਛੀ ਰਹੀ ਹੈ। ਸਟਾਰਟ ਪਹਿਲੇ ਤਖਤ ਸਾਹਿਬ ਆਪਣੇ ਹਜ਼ੂਰ ਸਾਹਿਬ ਤੋਂ ਸਟਾਰਟ ਕੀਤੀ ਹੈ। ਹਜ਼ੂਰ ਸਾਹਿਬ ਤੋਂ ਦਰਸ਼ਨ ਕਰਕੇ ਸੰਗਤਾਂ ਪਟਨਾ ਸਾਹਿਬ ਆਏ ਆਪਣੇ ਹਰਮਿੰਦਰ ਸਾਹਿਬ, ਉਸ ਤੋਂ ਬਾਅਦ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਤੋਂ ਹਰਮਿੰਦਰ ਤੱਕ ਆਪਣੇ ਅਕਾਲ ਤਖਤ ਸਾਹਿਬ, ਅਕਾਲ ਤਖਤ ਸਾਹਿਬ ਤੋਂ ਸਿੱਧੀ ਯਾਤਰਾ ਹੁਣ ਇੱਧਰ ਦਮਦਮਾ ਸਾਹਿਬ ਦਰਸ਼ਨ ਕਰਨ ਆਈ ਹੈ। ਇਹ ਦਰਸ਼ਨ ਕਰਦੇ ਹੋਏ ਆਪਣੇ ਟੂਰ ਦੇ ਵਿੱਚ ਸਭ ਕੁਝ ਸਾਰਿਆਂ ਨੇ ਬਹੁਤ ਆਨੰਦ ਮਾਣਿਆ, ਸਾਰਿਆਂ ਨੇ ਆਪਣੇ ਦਰਸ਼ਨ ਕੀਤੇ, ਸਾਰੇ ਗੁਰਧਾਮਾਂ ਦੇ ਦਰਸ਼ਨ ਕੀਤੇ, ਨਾਲ ਜਿਹੜੇ ਗੁਰਦੁਆਰਿਆਂ ਸਾਹਿਬ ਦੇ ਸਾਰਿਆਂ ਦੇ ਦਰਸ਼ਨ ਕਰਕੇ ਸੰਗਤਾਂ ਬਹੁਤ ਨਿਹਾਲ ਹੋਈਆਂ ਦਰਸ਼ਨ ਕਰਕੇ। ਅਤੇ ਅਸੀਂ ਹੁਣ ਉਮੀਦ ਕਰਦੇ ਹਾਂ ਗੌਰਮੈਂਟ ਆਫ ਇੰਡੀਆ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਿੱਖ ਕੌਮ ਵਾਸਤੇ ਉਪਰਾਲੇ ਕਰਨ। ਅਤੇ ਹੁਣ ਦਮਦਮਾ ਸਾਹਿਬ ਸਾਰੀ ਯਾਤਰਾ ਜਾ ਕੇ ਆਪਣੇ ਦਰਸ਼ਨ ਕਰੇਗੀ, ਅਤੇ ਆਸ ਪਾਸ ਦੇ ਗੁਰਦੁਆਰੇ ਸਾਹਿਬ ਦਰਸ਼ਨ ਕਰਕੇ ਸਿੱਧਾ ਸੰਗਤਾਂ ਆਪਣੇ ਘਰਾਂ ਨੂੰ ਜਾਣਗੀਆਂ। ਇੱਧਰੋਂ ਯਾਤਰਾ ਸਿੱਧੀ ਦਿੱਲੀ ਜਾਏਗੀ ਟ੍ਰੇਨ ਦੇ ਰਾਹੀਂ। ਜਿਹੜੇ ਯਾਤਰੀਆਂ ਨੇ ਇੱਧਰੋਂ ਉਤਰਨਾ ਆਪਣੀ ਕੋਲ ਜਿਹੜੇ ਉਹਨਾਂ ਨੂੰ ਘਰ ਪੈਂਦੇ ਨੇ ਉੱਧਰੋਂ ਚਲ ਜਾਣਗੇ, ਬਾਕੀ ਸੰਗਤ ਸਾਰੀ ਦਿੱਲੀ ਜਾਏਗੀ, ਉ੧ਰੋਂ ਆਪਣੇ ਆਪਣੇ ਘਰ ਜਾਏਗੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੰਚਨ ਮੈਦਾਨ ਹੈ, ਮੈਂ ਜੈਪੁਰ ਤੋਂ ਆਈ ਹਾਂ। ਜੈਪੁਰ ਤੋਂ ਇਕੱਲੀ ਬੰਦੀ ਆਈ ਹਾਂ ਮੈਂ, ਬਾਕੀ ਇਸ ਯਾਤਰਾ ਵਿੱਚ ਅਲੱਗ ਅਲੱਗ ਸਟੇਟਸ ਦੇ ਅਲੱਗ ਅਲੱਗ ਸਿਟੀਜ਼ ਦੇ ਲੋਕ ਆਏ ਹੋਏ ਹਨ। ਕੋਈ ਜੰਮੂ ਤੋਂ ਆਇਆ, ਕੋਈ ਜੋਧਪੁਰ ਤੋਂ ਆਇਆ, ਕੋਈ ਜੈਪੁਰ ਤੋਂ ਆਇਆ, ਕੋਈ ਦਿੱਲੀ ਤੋਂ ਹੈ, ਔਰ ਗੁਜਰਾਤ ਤੋਂ ਹਨ। ਸਾਰੇ ਅਲੱਗ ਅਲੱਗ ਸਟੇਟ ਦੇ ਲੋਕ ਹਨ, ਹਾਂ ਪੰਜਾਬ ਤੋਂ ਵੀ ਹਨ। ਔਰ ਅਸੀਂ ਸਾਰੇ ਪੰਜਾਂ ਤਖਤਾਂ ਦੀ ਹੁਣ 4 ਤਖਤ ਅਸੀਂ ਦੇਖ ਚੁੱਕੇ ਹਾਂ, 5ਵਾਂ ਤਖਤ ਸਾਡਾ ਜੋ ਰਹਿੰਦਾ ਸੀ ਦਮਦਮਾ ਸਾਹਿਬ, ਉੱਥੇ ਅਸੀਂ ਜਾ ਰਹੇ ਹਾਂ। ਔਰ ਬਾਕੀ ਜੋ ਲੋਕ ਵੀ ਹੁਣ ਇੱਥੋਂ ਆਪਣੇ ਘਰ ਜਾਣਾ ਚਾਹੁੰਦੇ ਜਾ ਰਹੇ ਹਨ, ਅਸੀਂ ਕੱਲ੍ਹ ਬਠਿੰਡਾ ਤੋਂ ਸਾਡੀ ਟ੍ਰੇਨ ਦਿੱਲੀ ਜਾਏਗੀ, ਦਿੱਲੀ ਤੋਂ ਬਾਅਦ ਅਸੀਂ ਜੈਪੁਰ ਉਤਰਾਂਗੇ। ਸਾਨੂੰ ਬਹੁਤ ਅੱਛਾ ਲੱਗਿਆ, ਬਸ ਇਹ ਹੈ ਕਿ ਪੂਰੀ ਟ੍ਰੇਨ ਆਉਂਦੀ ਤਾਂ ਬਹੁਤ ਅੱਛਾ ਲੱਗਦਾ, ਲੇਕਿਨ ਠੀਕ ਹੈ, ਅਸੀਂ ਲੋਕ ਇਹੋ ਜਿਹੇ ਲੋਕਾਂ ਨੇ ਯਾਤਰਾ ਕੀਤੀ ਹੈ ਜਿਨ੍ਹਾਂ ਨੇ ਬਿਲਕੁਲ ਛੋੜਿਆ ਨਹੀਂ ਕਿ ਨਹੀਂ ਸਾਨੂੰ ਵਾਪਸ ਨਹੀਂ ਚਾਹੀਦਾ ਪੈਸਾ, ਸਾਡੀ ਟਿਕਟ ਤੁਸੀਂ ਰੱਖੋ, ਕਿਉਂਕਿ ਅਗਰ ਅਸੀਂ ਲੋਕ ਵੀ ਸਾਰੇ ਨਿਕਾਲਦੇ ਤਾਂ ਇਹ ਵੀ ਨਹੀਂ ਬਣਦਾ, ਪ੍ਰਮੋਸ਼ਨ ਹੋਰ ਹੋਣਾ ਚਾਹੀਦਾ ਇਸਦਾ। ਨਰਿੰਦਰ ਜੀ ਮੋਦੀ ਜੀ ਨੇ ਔਰ ਅਕਾਲ ਤਖ਼ਤ ਦੇ ਬਾਦਲ ਜੀ ਨੇ ਇਹ ਉਪਰਾਲਾ ਸ਼ੁਰੂ ਕੀਤਾ, ਅਤੇ ਇਸ ਉਪਰਾਲੇ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ। ਔਰ ਇਹ ਜੋ ਬਾਬਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਮੁੱਖ ਰੱਖਦੇ ਹੋਏ ਇਹ ਜੋ ਯਾਤਰਾ ਸ਼ੁਰੂ ਕੀਤੀ ਹੈ, ਇਹ ਯਾਤਰਾ ਚੱਲਣੀ ਚਾਹੀਦੀ ਹੈ, ਲੋਕਾਂ ਨੂੰ ਦੱਸਣਾ ਚਾਹੀਦਾ ਕਿ ਕਦੋਂ ਜਾ ਰਿਹਾ, ਕਦੋਂ ਨਹੀਂ ਜਾ ਰਿਹਾ ਜੱਥਾ। ਔਰ ਸਾਰੇ ਜਗ੍ਹਾ ਦਿਖਾਉਂਦੇ ਹਨ ਅੱਛੀ ਤਰ੍ਹਾਂ, ਬਿਲਕੁਲ ਅੱਛਾ ਅਰੇਂਜਮੈਂਟ ਸੀ ਇਹਨਾਂ ਲੋਕਾਂ ਦਾ, ਖਾਣਾ ਪੀਣਾ ਰਹਿਣੇ ਕਰਨੇ ਦਾ ਸਾਰਾ ਅਰੇਂਜਮੈਂਟ ਬਹੁਤ ਅੱਛਾ ਸੀ, ਔਰ ਸਾਨੂੰ ਸਭ ਨੂੰ ਬਹੁਤ ਅੱਛਾ ਲੱਗਿਆ। ਅਸੀਂ ਟ੍ਰੇਨ ਵਿੱਚ 28-28-30 ਘੰਟੇ ਸਫ਼ਰ ਕੀਤਾ, ਸਵੇਰੇ ਅਸੀਂ ਨਿਤਨੇਮ ਕਰਦੇ ਰਹੇ ਹਾਂ, ਦੁਪਹਿਰੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ ਹਾਂ, ਰਾਤੀ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਰਹੇ ਹਾਂ। ਪੂਰਾ ਦਿਨ ਅਸੀਂ ਟ੍ਰੇਨ ਵਿੱਚ ਰਹੇ ਹਾਂ, ਸਾਨੂੰ ਪਤਾ ਨਹੀਂ ਚੱਲਿਆ ਕਿ ਅਸੀਂ ਵੀ ਟ੍ਰੇਨ ਵਿੱਚ ਸਫ਼ਰ ਕਰ ਰਹੇ ਹਾਂ ਜਾਂ ਕਿਸੇ ਗੁਰਦੁਆਰੇ 'ਚ ਬੈਠੇ ਹਾਂ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਦਾਤਾ ਜੀ ਦੇ, ਉਹਨਾਂ ਨੇ ਆਪਣਾ ਹੱਥ ਦੇ ਕੇ ਸਾਰੀ ਯਾਤਰਾ ਸਫਲ ਕਰਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਆਪਣੇ ਘਰ ਤੋਂ ਔਰ ਆਪਣੇ ਪੂਰੇ ਦੁਆਰਕਾ ਵਿੱਚੋਂ ਦਿੱਲੀ 'ਚੋਂ ਬਿਲਕੁਲ ਇਕੱਲੀ ਸੀ। ਲੋਕ ਮੈਨੂੰ ਪੁੱਛਦੇ ਸੀ ਕਿ ਬਿਲਕੁਲ ਤੁਸੀਂ ਇਕੱਲੇ ਪੰਜ ਤਖਤਾਂ ਦੀ ਦਰਸ਼ਨ ਕਰ ਯਾਤਰਾ ਕਰਨ ਕਿਸ ਤਰ੍ਹਾਂ ਚੱਲ ਰਹੇ ਹੋ। ਮੈਂ ਕਿਹਾ ਕੋਈ ਗੱਲ ਨਹੀਂ, ਉੱਥੇ ਸਾਰੀ ਸਾਧ ਸੰਗਤ ਜਿਹੜੀ ਹੈ ਨਾ ਉਹ ਆਪਣੀ ਹੋ ਜਾਂਦੀ ਹੈ। ਔਰ ਵਾਕਈ ਜਦੋਂ ਅਸੀਂ ਸਾਰੇ ਇਕੱਠੇ ਹੋਏ, ਸਾਰੇ ਇਕੱਠਿਆਂ ਨੇ ਮਿਲ ਕੇ ਇੱਕ ਦੂਸਰੇ ਨੂੰ ਮਿਲੇ, ਇੱਕ ਦੂਸਰੇ ਦੇ ਵਿਚਾਰ ਜਾਣੇ,
ਅਸੀਂ ਕੀਰਤਨ ਵਗੈਰਾ ਕੀਤੇ, ਪਾਠ ਕੀਤੇ ਅਤੇ ਸਾਨੂੰ ਇਸ ਤਰ੍ਹਾਂ ਫੀਲ ਹੋਇਆ ਕਿ ਸਾਡੀ ਇਹ ਇੱਕ ਫੈਮਿਲੀ ਹੈ। ਇੱਕ ਫੈਮਿਲੀ ਦੇ ਹਿਸਾਬ ਨਾਲ ਅਸੀਂ ਬਹੁਤ ਖੁਸ਼ ਰਹੇ ਹਾਂ। ਸਾਨੂੰ ਆਪਣੇ ਘਰ ਵਾਲਿਆਂ ਦੀ ਬਿਲਕੁਲ ਯਾਦ ਨਹੀਂ ਆਈ।